ਹੱਥ ਕਦੋਂ ਪਵਿੱਤਰ ਹੁੰਦੇ ਆ? ਜਦੋਂ ਇਹਨਾਂ ਹੱਥਾਂ ਨਾਲ ਭਾਈ ਸੇਵਾ ਕਰੀਏ, ਇਹਨਾਂ ਹੱਥਾਂ ਨਾਲ ਦਾਨ ਕਰੀਏ, ਆਪਣੀ ਦਸਾ ਨਹੁੰ ਦੀ ਧਰਮ ਦੀ ਕਿਰਤ ਵਿੱਚੋਂ ਇਹਨਾਂ ਹੱਥਾਂ ਨਾਲ ਦਾਨ ਕਰਨਾ, ਦਾਨ ਦੇਣਾ। ਭਾਈ ਗੁਰਦਾਸ ਜੀ ਕਹਿੰਦੇ ਆ, ਕਿਰਤ ਬਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਏ। ਕਹਿੰਦੇ ਧਰਮ ਦੀ ਕਿਰਤ ਬਿਰਤ ਕਰਕੇ ਨਾ ਜਦੋਂ ਹੱਥੋਂ ਦਾਨ ਦੇਵੇ, ਦਾਨ ਕਰੇ, ਮਨ ਵਿੱਚ ਹਉਮੈ ਨਾ ਕਰੇ, ਹੰਕਾਰ ਨਾ ਕਰੇ ਕਿ ਮੈਂ ਆਹ ਦਾਨ ਕੀਤਾ, ਮੈਂ ਆਹ ਸੇਵਾ ਕੀਤੀ। ਸੋ ਭਾਈ, ਹੱਥ ਸੇਵਾ ਕਰਨ ਨਾਲ ਪਵਿੱਤਰ ਹੁੰਦੇ ਆ, ਹੱਥ ਦਾਨ ਦੇਣ ਨਾਲ ਪਵਿੱਤਰ ਹੁੰਦੇ ਆ। ਦਾਨ ਦੇ ਕੇ ਕਦੇ ਹੰਕਾਰ ਨਹੀਂ ਕਰਨਾ ਕਿ ਮੈਂ ਦਾਨ ਦਿੱਤਾ, ਮੈਂ ਬਹੁਤ ਵੱਡਾ ਦਾਨੀ ਹਾਂ। ਨਹੀਂ, ਭਲਾ ਮੰਗਣਾ, ਵਾਹਿਗੁਰੂ ਦਾ ਸ਼ੁਕਰ ਕਰਨਾ, ਭਲਾ ਦਾ ਇੱਕ ਅਰਥ ਹੈ ਸ਼ੁਕਰਾਨਾ, ਸ਼ੁਕਰ ਕਰਨਾ ਕਿ ਇਹ ਸੱਚੇ ਪਾਤਸ਼ਾਹ, ਐਸੇ ਵੀ ਲੋਕ, ਐਸੀ ਵੀ ਦੁਨੀਆ ਇਸ ਮਾਤ ਲੋਕ ਉੱਤੇ, ਜਿਹੜੇ ਜ਼ਿੰਦਗੀ ਭਰ ਮੰਗ ਕੇ ਰੋਟੀ ਖਾਂਦੇ ਆ, ਮੰਗ ਕੇ ਕਿਸੇ ਦੇ ਅੱਗੇ ਹੱਥ ਅੱਡ ਕੇ, ਕਿਸੇ ਦੇ ਦਰ ਤੋਂ ਭਿੱਖਿਆ ਲੈ ਕੇ ਆਪਣਾ ਗੁਜ਼ਾਰਾ ਕਰਦੇ ਆ, ਬਹੁਤ ਲੋਕ ਹਨ। ਬੇਅੰਤ ਦੁਨੀਆ ਹੈ, ਸੰਸਾਰ ਭਰ ਵਿੱਚ ਐਸੇ ਲੋਕਾਂ ਦਾ ਕੋਈ ਅੰਤ ਨਹੀਂ। ਪਰ ਗੁਰੂ ਸਾਹਿਬ ਦੀ, ਪਰਮੇਸ਼ਰ ਦੀ ਤੇਰੇ 'ਤੇ ਕਿਰਪਾ ਹੈ, ਤੂੰ ਇਹਨਾਂ ਹੱਥਾਂ ਨਾਲ ਨੇਕ ਕਮਾਈ ਕੀਤੀ, ਅੱਜ ਤੈਨੂੰ ਦਾਨ ਦੇਣ ਦੇ ਯੋਗ ਸਮਰੱਥ ਬਣਾਇਆ, ਅਤੇ ਤੂੰ ਇਹਨਾਂ ਹੱਥਾਂ ਨਾਲ ਦਾਨ ਕੀਤਾ, ਇਹ ਸ਼ਕਤੀ ਤੈਨੂੰ ਗੁਰੂ ਨੇ ਦਿੱਤੀ, ਇਹ ਬਰਕਤ ਤੈਨੂੰ ਗੁਰੂ ਦੇ ਦਰੋਂ ਪ੍ਰਾਪਤ ਹੋਈ, ਇਸ ਕਰਕੇ ਤੂੰ ਪਰਮੇਸ਼ਰ ਦਾ ਸ਼ੁਕਰ ਕਰਨਾ ਹੈ। ਭਲਾ ਮੰਗਣਾ ਕਿ ਮਹਾਰਾਜ, ਤੁਸੀਂ ਬਹੁਤਾ ਹੀ ਪਰਉਪਕਾਰ ਮੇਰੇ 'ਤੇ ਕੀਤਾ, ਇਹ ਸੇਵਾ ਕਰਨ ਦੇ ਮੈਨੂੰ ਯੋਗ ਬਣਾਇਆ। ਦਾਸ ਨੂੰ ਇੱਕ ਮਹਾਤਮਾ ਹਰ ਦੁਆਰ ਮਿਲੇ। ਉਹ ਸਾਧ ਸੰਗਤ ਜੀ ਕੁੰਭ ਦੇ ਦਿਨਾਂ ਵਿੱਚ ਬਹੁਤ ਭੰਡਾਰੇ ਅਮੀਰ ਲੋਕ ਜਾ ਕਰਕੇ ਸਾਧੂਆਂ ਦੀਆਂ ਜਮਾਤਾਂ ਨੂੰ ਕਰਦੇ ਹੈ, ਸੰਨਿਆਸੀ, ਉਦਾਸੀ, ਵੈਰਾਗੀ, ਨਿਰਮਲੇ, ਥਾਂ ਥਾਂ ਭੰਡਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦੇ ਹੈ। ਉਹ ਦੋ ਸਾਧੂ ਸਨ, ਇੱਕ ਭੰਡਾਰੇ ਵਿੱਚ ਗਏ, ਫਿਰ ਦੂਜੇ 'ਚ, ਫਿਰ ਤੀਜੇ 'ਚ, ਫਿਰ ਚੌਥੇ ਵਿੱਚ। ਭੰਡਾਰਾ ਖਾਣ ਤੋਂ ਬਾਅਦ ਦਕਸ਼ਣਾ ਮਿਲਦੀ ਹੈ। ਉਹ ਹਰ ਥਾਂ 'ਤੇ ਭੰਡਾਰੇ ਵਿੱਚ ਜਾਂਦੇ ਅਤੇ ਦਕਸ਼ਣਾ ਲੈ ਕੇ ਆਉਂਦੇ। ਮੈਂ ਪੁੱਛਿਆ ਵੀ ਮਹਾਤਮਾ ਜੀ, ਤੁਸੀਂ ਇੰਨਾ ਭੰਡਾਰਾ ਕਿੱਥੋਂ ਖਾ ਲੈਂਦੇ ਹੋ? ਭੋਜਨ ਤਾਂ ਇੱਕ ਵਾਰੀ ਖਾਧਾ, ਘੱਟੋ ਘੱਟ ਅੱਧਾ ਦਿਨ ਲੱਗ ਜਾਂਦਾ ਪਚਣ ਨੂੰ। ਕਹਿੰਦੇ ਸੰਤ ਜੀ, ਭੰਡਾਰਾ ਅਸੀਂ ਕਿਣਕਾਂ ਕੀ ਛਕਦੇ ਹਾਂ, ਕਿਣਕਾਂ ਕਿਣਕਾਂ ਛਕੀਦਾ,